ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਿੰਮਾ ਜੀ। ਸਤਿ ਸ੍ਰੀ ਅਕਾਲ ਜੀ। ਲਓ ਜੀ, ਅੱਜ ਕੱਲ੍ਹ ਤਾਂ ਇੱਕੋ ਡਰ ਲੱਗਿਆ ਰਹਿੰਦਾ, ਕਿਤੇ ਨਿੰਮ ਨਾਲ ਨਾਰਾਜ਼ ਹੋ ਜਾਵੇ, ਕਿਤੇ ਤੁਸੀਂ ਨਾਲ ਨਾਰਾਜ਼ ਹੋ ਜਾਓ, ਕਦੇ ਉਹ ਬੰਦਾ ਨਾਰਾਜ਼ ਹੋ ਜਾਵੇ, ਕਦੇ ਉਹ ਬੰਦਾ ਨਾਰਾਜ਼ ਹੋ ਜਾਵੇ। ਇਹ ਨਾਰਾਜ਼ ਹੋਣ ਦਾ ਇਹ ਚੱਕਰ ਹੈ ਵੀ ਮੰਗ ਜ਼ਿਆਦਾ ਵਧੀ ਹੋਈ ਹੈ ਵੀ ਆਹ ਵੀਡੀਓ ਪਾਓ, ਉਹ ਵੀਡੀਓ ਪਾਓ। ਉਹੀ ਗੱਲ ਹੈ, ਮੈਨੂੰ ਤਾਂ ਆਹੀ ਡਰ ਲੱਗਿਆ ਰਹਿੰਦਾ, ਕਦੇ ਨਿੰਮ ਨਾਲ ਨਾਰਾਜ਼ ਹੋ ਜਾਵੇ, ਕਦੇ ਤੁਸੀਂ ਨਾਲ ਨਾਰਾਜ਼ ਹੋ ਜਾਵੇ। ਚਲੋ, ਇੱਦਾਂ ਜ਼ਿੰਦਗੀ ਹੈ, ਚੱਲਦੀ ਰਹਿਣੀ ਹੈ। ਨਾਟਕ ਕਰਨਾ ਪੈਣਾ। ਕਿਹੜਾ ਕਿਹੜਾ? ਹਾਂ ਹਾਂ, ਕਿਆ ਹੋ ਗਿਆ? ਫਿੱਟ ਲਾ ਹੋਇਆ ਬਾਛਲ ਪੈਣੀ ਜੰਦਲੀ ਛੱਡ, ਫਿਰ ਹੋ ਜਾਣਾ ਤੇਨੇ। ਤੇ ਮੈਂ ਤੇ ਨਿੰਮਾ ਅੱਜ ਲੱਗਿਆ ਸਪਰੇਅ ਕਰਨ, ਯੂਰੀਆ ਹੀ ਪਾਇਆ ਖੇਤਾਂ ਦੇ ਵਿੱਚ। ਇੱਕ ਮੈਂ ਤੁਹਾਡੇ ਨਾਲ ਇੱਕ ਹੋਰ ਕਰ ਲੈਂਦਾ। ਮੈਨੂੰ ਤੁਹਾਡੇ ਕਮੈਂਟ ਆਏ ਸੀ, ਕਿਤੇ ਬੰਦੇ ਟੈਲੀਫੋਨ ਵੀ ਆਇਆ ਸੀ, ਕਹਿੰਦੇ ਭਾਅ ਜੀ ਤੁਸੀਂ ਕਹਿ ਰਹੇ ਸੀ ਵੀ ਜਿਹੜੀ ਕਣਕ ਬੀਜਣੀ ਹੈ। ਕਿਹਦਾ ਟੈਲੀਫੋਨ ਆ ਗਿਆ? ਨਿਊਜ਼ੀਲੈਂਡ ਤੋਂ ਹੈ। ਮੈਂ ਵਰਡ ਹੋਲਡ ਕਰਾ ਦਿੰਦਾ। ਹੈਲੋ ਹੈਲੋ, ਹਾਂਜੀ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਭਾਅ ਜੀ? ਵਧੀਆ, ਮੇਰਾ ਵੀਰ ਜੀ ਨਿਊਜ਼ੀਲੈਂਡ ਤੋਂ ਬੋਲਦੇ ਭਾਈ। ਹਾਂਜੀ ਹਾਂਜੀ, ਨਾਮ ਮੇਰਾ। ਹਾਂਜੀ ਹਾਂਜੀ ਹਾਂਜੀ, ਤੁਹਾਡਾ ਨੰਬਰ ਸੇਵ ਕੀਤਾ ਹੋਇਆ ਜੀ ਮੇਰਾ ਵਿੱਚ। ਬੜੇ ਮਸਤ ਹੋਏ ਜੀ ਅੱਜ, ਇੰਨੇ ਦਿਨਾਂ ਬਾਅਦ ਸਾਨੂੰ ਯਾਦ ਕਰ ਲਿਆ ਤੁਸੀਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਜੀ। ਬਸ ਕੰਮ ਕਰ ਬਾਈ ਚੱਲੀ ਜਾਂਦੇ, ਬਸ ਦੱਬ ਰੱਖੀ ਦਾ ਕੰਮ, ਤੁਹਾਡਾ ਪਿਆਰ ਮਿਲੀ ਜਾਂਦਾ, ਅਸੀਂ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ ਹਾਂ। ਅੱਜ ਹੁਣ ਤਾਂ ਬਾਈ ਆਹੀ ਡਰ ਲੱਗਾ, ਕਿਤੇ ਤੁਸੀਂ ਨਾ ਨਾਰਾਜ਼ ਹੋ ਜਾਵੇ ਸਾਡੀ ਵੀਡੀਓ ਦੇਖ ਕੇ। ਹਾਂ ਮਿਲ ਤੋਂ, ਮੈਂ ਮਿਲ ਦੀ ਬਣਾ ਕੇ ਵੀਡੀਓ ਪਾਉਣੀ ਹੈ, ਅਤੇ ਉਹ ਵੀ ਪਾਵਾਂਗੇ ਤੁਸੀਂ ਨਾਲੇ ਇੱਕ ਦੋ ਪੁਰਾਣੀ ਵੀਡੀਓ ਦੇਖੀ ਜਾਓ। ਹੁਣ ਅਸੀਂ ਮੇਰੇ ਮਾੜੀ ਵੀਡੀਓ ਸ਼ੂਟ ਕਰ ਰਹੇ ਹਾਂ, ਅਤੇ ਆਪਾਂ ਜੇ ਬਾਅਦ 'ਚ ਗੱਲਬਾਤ ਕਰ ਲਈਏ। ਹਾਂ ਓਕੇ ਮੇਰਾ ਵੀਰ ਜੀ, ਓਕੇ ਜੀ, ਓਕੇ ਜੀ, ਓਕੇ 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 ਜੀ। ਆ ਦੇਖਿਆ ਜੀ, ਹੁਣ ਤੁਸੀਂ ਟੈਲੀਫੋਨ ਸੁਣਿਆ, ਦੇਖੋ ਬੰਦੇ ਨੇ ਨਿਊਜ਼ੀਲੈਂਡ ਤੋਂ ਫੋਨ ਕੀਤਾ। ਮੈਨੂੰ ਬੜਾ ਹੁੰਦਾ ਵੀ ਚੱਲ ਕਿਸੇ ਬੰਦੇ ਨੇ ਇੰਨਾ ਟਾਈਮ ਕੱਢ ਕੇ ਸਾਨੂੰ ਫੋਨ ਕੀਤਾ ਨੇ, ਮੈਂ ਠੀਕ ਹੈ ਨਾ, ਖੁਸ਼ੀ ਮਿਲਦੀ ਹੈ। ਚਲੋ ਸਾਨੂੰ ਖੁਸ਼ੀ ਮਿਲਦੀ ਹੈ, ਹੁਣ ਕਈ ਵਾਰ ਅਸੀਂ ਬਿਜ਼ੀ ਹੁੰਦੇ ਹਾਂ, ਠੀਕ, ਹੁਣ ਅਸੀਂ ਵੀਡੀਓ ਸ਼ੂਟ ਕਰ ਰਹੇ, ਹੁਣ ਇਹਦੇ ਵਿੱਚ ਕਿ ਸਾਡਾ ਹੁਣ ਟਾਈਮ ਪੂਰਾ ਪੂਰਾ ਹੁੰਦਾ, ਸਾਡਾ ਟਾਈਮ ਨਿਕਲਦਾ ਜਾਂਦਾ। ਨਿੰਮੇ ਨੇ ਜਾ ਕੇ ਮੱਝਾਂ ਦਾ ਕੰਮ ਕਰਨਾ, ਅਤੇ ਹੋਰ ਅਸੀਂ ਕੰਮ ਹੋਰ ਕਰਨੇ, ਪੰਪ ਚਾਰ ਲਾਉਣੇ ਸਾਡੇ ਖੇਤਾਂ ਦੇ ਵਿੱਚ ਇੱਥੇ, ਅਤੇ ਹਲੇ ਦਵਾਈ ਬਾਰੇ ਵੀ ਤੁਹਾਨੂੰ ਦੱਸਣਾ ਵੀ ਇੱਦਾਂ ਹੋ ਜਾਂਦਾ ਕਿ ਤੁਹਾਡੇ ਪਿਰਿਆ ਫੋਨ ਆ ਜਾਂਦੇ, ਅਸੀਂ ਫੋਨ ਕੱਢਦੇ, ਕਈ ਵਾਰ ਨਹੀਂ ਚੱਕਦੇ। ਮੈਂ ਕੋਸ਼ਿਸ਼ ਕਰਦਾ ਵੀ ਹਰੇਕ ਨਾਲ ਗੱਲ ਕਰ ਲੈਂਦਾ, ਠੀਕ ਹੈ ਨਿੰਮੇ? ਫਿਰ ਨਾਰਾਜ਼ ਹੋ ਜਾਂਦੇ ਆ ਤੁਸੀਂ? ਹਾਂ, ਤੁਸੀਂ ਨਾਰਾਜ਼ ਨਾ ਹੋਏ ਕਰੋ, ਉਹੀ ਗੱਲ ਆ ਮੈਂ ਜਿਹੜੀ ਪਹਿਲਾਂ ਗੱਲ ਕਹਿ ਕੇ ਹਟਿਆ, ਕਿਤੇ ਉਹ ਨਾ ਨਾਰਾਜ਼ ਹੋ ਜਾਵੇ, ਕਿਤੇ ਉਹ ਨਾ ਨਾਰਾਜ਼ ਹੋ ਜਾਵੇ, ਠੀਕ ਹੈ ਨਿੰਮੇ? ਇਹੀ ਗੱਲ ਆ ਬਈ, ਨਾਰਾਜ਼ ਨਾ ਹੋਏ ਕਰੋ ਯਾਰ, ਤੁਸੀਂ ਵੀਡੀਓ ਇੰਜੋਇਮੈਂਟ ਕਰੇ ਕਰੋ ਸਾਡੀ। ਹਾਂ ਨਿੰਮਿਆ, ਦੇਖੇ ਕਰੋ ਸਾਨੂੰ ਯਾਰ, ਹਾਂ ਦੇਖੇ ਕਰੋ, ਪਿਆਰ ਦੇ ਕਰੋ ਬਾਈ, ਜਿੰਨਾ ਤੁਹਾਡਾ ਪਿਆਰ ਮਿਲੂਗਾ ਨਹੀਂ ਅਸੀਂ ਚਾਹ ਨਾਲ ਵੀਡੀਓ ਬਣਾਵਾਂਗੇ। ਦੇਖੋ ਜੀ, ਅੱਜ ਅਸੀਂ ਜਿਹੜੀ, ਹਾਂ ਮੇਰੀ ਜਿਹੜੀ ਨਿੰਮੇ ਇੱਕ ਗੱਲ ਹੋਰ ਕਹਿਣ ਲੱਗਿਆ ਸੀ ਮੈਂ, ਅਤੇ ਉਹ ਹਸਪਤਾਲ ਦੱਸਿਓ ਨਹੀਂ ਹੈਗੀ ਮੈਂ ਵੀ, ਆ ਜਿਹੜੇ ਮੇਰੇ ਪਿੰਡ ਵਾਲੇ ਖੇਤ ਆ, ਆਹ ਉਹ ਜਿਹੜੇ ਤੋਂ ਅਸੀਂ ਮੋਟਰ ਛੱਤ ਰਹੇ ਹਾਂ, ਜਿਹੜੀ ਉੱਥੇ ਕਣਕ ਬੀਜੀ ਹੋਈ ਹੈ ਵੀਰੇ, ਉਹਦੇ ਵਿੱਚ ਨਾ ਕੋਈ ਸਪਰੇਅ, ਨਾ ਕੋਈ ਇਹਦੇ ਵਿੱਚ ਅਸੀਂ ਯੂਰੀਆ ਡਾਇਆ, ਕੁਛ ਨਹੀਂ ਪਾਇਆ, ਉਹ ਬਗੈਰ ਔਰਗੈਨਿਕ ਅਸੀਂ ਤਿਆਰ ਕਰ ਰਹੇ ਹਾਂ, ਜਿਹਨੂੰ ਕਹਿੰਦੇ ਵੀ ਅਸੀਂ ਬਗੈਰ ਉਹਦਾ ਵੀ ਕੁਛ ਨਹੀਂ ਪਾਉਣਾ ਉਹਦੇ ਵਿੱਚ, ਉੱਦਾਂ ਤਿਆਰ ਕਰੇ। ਜਿਹੜੀ ਆਹ ਮੇਰੀ ਪਿੰਡ ਵਾਲੀ ਆ, ਇੱਧਰ ਆਹ ਸਾਈਡ ਵਾਲੀ ਆ, ਇਹ ਕਰ ਰਹੇ, ਇਹਦੇ ਵਿੱਚ ਅਸੀਂ ਸਾਰਾ ਸਮਾਨ ਪਾ ਰਹੇ ਹਾਂ ਜੋ ਪੈਂਦਾ ਅੱਜ ਕੱਲ੍ਹ, ਅੱਜ ਦੇ ਟਾਈਮ 'ਚ ਅੱਜ ਕੱਲ੍ਹ ਲੋਕ ਜੋ ਪਾਉਂਦੇ ਆ ਇਹਦੇ ਵਿੱਚ, ਉਹ ਹੈ ਇਹ, ਠੀਕ ਹੈ ਜੀ। ਕੀ ਮੈਨੂੰ ਕਮੈਂਟ ਵੀ ਆਇਆ ਸੀ ਟੈਲੀਫੋਨ ਦਾ, ਕਹਿੰਦੇ ਭਾਅ ਜੀ ਤੁਸੀਂ ਤਾਂ ਕਹਿ ਰਹੇ ਸੀ ਵਿੱਚ ਵੀ ਅਸੀਂ ਬਗੈਰ ਉਹਦੇ ਬੀਜਣੀ ਹੈ, ਵੀਰੇ ਆਹ ਜਿਹੜੀ ਪਿੰਡ ਵਾਲੀ ਇਹਦੇ ਵਿੱਚ ਅਸੀਂ ਸਾਰਾ ਸਮਾਨ ਪਾ ਰਹੇ ਹਾਂ, ਇਹ ਅਸੀਂ ਚੈੱਕ ਕਰ ਰਹੇ ਇਹਦੇ ਵਿੱਚ ਕਿੰਨਾ ਖਰਚਾ, ਕਿੰਨਾ ਝਾੜ ਵਾੜ, ਵੀ ਪੂਰਾ ਤੁਹਾਨੂੰ ਡਿਟੇਲ ਦੱਸੂਗਾ ਜਦੋਂ ਸਾਡੀ ਪੂਰੀ ਵੀਡੀਓ ਮੁਕੰਮਲ ਹੋ ਜੂਗੀ ਨਾ, ਉਸ ਤੋਂ ਬਾਅਦ ਤੁਹਾਨੂੰ ਦੱਸੂਗਾ ਮੈਂ ਇਹਦੇ ਵਿੱਚ ਕਿਆ ਚੀਜ਼ਾਂ ਪਾਈਆਂ, ਅਸੀਂ ਕਿੱਦਾਂ ਬੀਜੀ, ਇਹਦੇ ਵਿੱਚੋਂ ਕਿਆ ਝਾੜ ਨਿਕਲਿਆ, ਸਾਨੂੰ ਕਿਆ ਬੱਚਤ ਹੋਈ ਹੈ, ਜਦੋਂ ਸਾਡੇ ਅਸੀਂ ਕਣਕ ਮੰਡੀ ਸਿੱਟ ਗਏ ਹਾਂ, ਪੂਰਾ ਦੱਸਾਂਗੇ। ਇਹ ਪੂਰੀ ਦੀ ਸੀਰੀ ਚੱਲ ਰਹੀ ਹੈ ਮੇਰੀ, ਅਤੇ ਆਹ ਜੀ ਦਵਾਈ ਬਾਈ, ਮੈਨੂੰ ਜਿਹੜਾ ਬੰਦਾ ਮੇਰੇ ਕਣਕ ਬੀਜ ਕੇ ਗਿਆ ਸੀ ਨਾ, ਜੇ ਤੁਸੀਂ ਮੇਰੀ ਪੁਰਾਣੀ ਵੀਡੀਓ ਦੇਖਦੇ ਹੋਵੋਗੇ, ਅਤੇ ਉਹ ਬੰਦੇ ਨੇ ਮੈਨੂੰ ਆ ਦਵਾਈ ਦਿੱਤੀ ਆ, ਸਿੱਥੀ ਆਪਣੀ ਕੋਈ ਪਲਾਸਟਿਕ ਵਿੱਚ ਪਾ ਕੇ ਦਿੱਤੀ, ਉਹ ਕੋਈ ਇਕੱਠੀ ਲਿਆ ਸੀ 10-15 ਕਿੱਲੇ ਦੀ, ਉਹਨੇ ਮੈਨੂੰ ਵਿੱਚ ਕਿੱਲੇ ਦੀ ਕੱਢ ਕੇ ਦਵਾਈ ਦੇ ਦਿੱਤੀ ਇਹ, ਕਹਿੰਦੇ ਵੀ ਆਹ ਸਪਰੇਅ ਕਰ, ਇਹ ਕੋਈ ਤੱਤਾਂ ਦੀ ਆ, ਕੋਈ ਦੱਸੀ ਜੀ, ਉਹਨੇ ਵਿੱਚ ਕਈ ਤੱਤ ਦੱਸੇ ਸੀ, ਹੁਣ ਮੇਰੇ ਯਾਦ ਨਹੀਂ ਹੈਗਾ, ਅਤੇ ਜੇ ਪੂਰੇ ਡਿਟੇਲ ਜਾਊਂ ਹੁਣ ਮੈਂ ਫਿਰ, ਚਲੋ ਕੋਈ ਪਤਾ ਨਹੀਂ, ਹੁਣ ਮੈਨੂੰ ਇਹ ਇੰਨਾ ਮੈਨੂੰ ਨੌਲੇਜ ਨਹੀਂ ਹੈਗੀ, ਤਾਂ ਅਗਲੇ ਸਾਲ ਕੱਢ ਕੇ ਦੱਸੂਗਾ ਜੀ, ਅਗਲੇ ਸਾਲ ਆਪਣਾ ਉਹ ਝਾੜ 'ਚ ਫਰਕ ਪੈਂਦਾ, ਪੂਰੀ ਫਿਰ ਪੂਰੀ ਵੀਡੀਓ ਬਣਾ ਕੇ ਪਾਵਾਂਗੇ, ਅਸੀਂ ਆਹ ਚੀਜ਼ਾਂ ਪਾਈ ਜਾਂਦੀਆਂ, ਠੀਕ ਹੈ ਨਿੰਮੇ? ਅਤੇ ਕਰੇਂਗੇ ਸ਼ੁਰੂ, ਸ਼ੁਰੂ ਕਰੇਂਗੇ, ਸ਼ੁਰੂ ਕਰ। ਇੱਕ ਦੇਖੋ, ਜਦੋਂ ਵੀ ਨਾ ਕੋਈ ਆਪਾਂ, ਮੈਂ ਗੱਲ ਹੋਰ ਦੱਸਦਾ ਨਿੰਮੇ,
ਜਦੋਂ ਵੀ ਆਪਾਂ ਕੋਈ ਸਪਰੇ ਕਰਦੇ ਆ ਨਾ, ਕਦੇ ਵੀ ਖਾਲੀ ਪੇਟ ਨਾ ਕਰੋ। ਜਾਂ ਚਾਰ ਪੰਜ ਰੋਟੀਆਂ ਖਾਧੀਆਂ ਹੋਣ, ਚਾਹ ਚੂ ਪੀਤੀ ਹੋਵੇ, ਖਾਲੀ ਢਿੱਡ ਕਦੇ ਸਪਰੇ ਨਾ ਕਰੋ। ਹਾਂ, ਤੇ ਦੂਜਾ ਜਦੋਂ ਸਪਰੇ ਕਰਦੇ ਥੋੜਾ ਮੂੰਹ ਢੱਕ ਕੇ ਕਰੋ, ਠੀਕ ਹੈ। ਜੋ ਵੀ ਜਿੱਦਾਂ ਹੁਣ ਕੋਈ ਤੁਸੀਂ ਦਵਾਈ ਕਰਦੇ, ਜੋ ਵੀ ਉਹਦਾ ਸਮਾਨ ਜਿਹੜਾ ਬਚ ਜਾਂਦਾ ਲਾ ਬਾਅਦ ਵਿੱਚ, ਉਹਨੂੰ ਸਾਰਿਆਂ ਨੂੰ ਨਸ਼ਟ ਕਰੋ ਜਾਂ ਉਹਨੂੰ ਇਕੱਠਾ ਕਰਕੇ ਕਿਤੇ ਡੂੰਘੀ ਜਗ੍ਹਾ ਦੱਬ ਦਿਓ ਜਾਂ ਉਹਨੂੰ ਸਾਰਿਆਂ ਨੂੰ ਅੱਗ ਲਾ, ਹਾਂ ਅੱਗ ਲਾ ਦਿਓ, ਠੀਕ ਹੈ। ਇਹ ਸੀ ਜਾਣਕਾਰੀ। ਚਲੋ ਜੀ ਹੁਣ ਸ਼ੁਰੂ ਕਰਦੇ ਹਾਂ। ਖੇਤਾਂ ਨੂੰ ਸੀਸੀ 'ਚ ਪਾ ਕੇ ਦੇਤੀ ਸੀ ਦਵਾਈ, ਨਾਪਾ ਵਿੱਚ ਕਿੰਨਾ ਕਿਹਾ ਸੀ ਉਹਨੂੰ ਪਾਉਣ ਨੂੰ? ਚਾਰ ਪੰਪਾਂ ਦੀ ਕਿਹਾ ਸੀ ਉਹਨੇ, ਚਾਰ ਪੰਪ ਲਾ ਦੇਣਾ, ਚਾਰ ਪੰਪ ਲਾ ਦੇਣਾ। ਐਦੀ ਮਿਣ ਕੇ ਪਾ ਦਿੰਦੇ ਆਪਾਂ ਨਾ, ਮਿਣ ਕੇ ਪਾ ਲੈ ਫਿਰ ਖਰਾਬ ਰਹੂਗੀ, ਫਿਰ ਜੇ ਆਪਾਂ ਦੀ ਵੱਧ ਘਾਟ ਹੋ ਗਈ ਫਿਰ ਮੁੱਕੂਗੀ, ਫਿਰ ਕੰਮ ਖਰਾਬ ਹੋ ਜਾਊ। ਇਹ ਵੀ ਗੱਲ ਸਹੀ ਹੈ ਦਰੀਨ ਮੈਂ, ਹੁਣ ਇੱਕ ਪਾਸੇ ਐਮ ਐਲ ਹੈ ਅਤੇ 20 ML ਹੋ ਗਈ, 60 ML ਹੋ ਗਈ, ਖੜ੍ਹ ਜਾ ਮੈਂ ਦੇਖ ਲੈਂਦਾ ਕਿਉਂਕਿ ਪਹਿਲਾਂ ਪੰਪ ਪਾ ਲਾ ਦੇਖ ਲੈ, 2-3-4 ਤੇ ਪਤਾ ਲੱਗ ਜਾਣਾ ਹਿਸਾਬ ਹੋ ਜਾਣਾ। ਅੱਛਾ ਹਿਸਾਬ ਹੋ ਜਾਣਾ। ਤਿੰਨ ਭਾਗ ਬਚਣੇ ਚਾਹੀਦੇ ਆਪਣੇ, ਇੱਕ ਕਿੰਨੇ ਕੁ ਪਊਗੀ? ਚਾਰ ਨਹੀਂ ਪੰਜ ਕਰਦੀ ਫਿਰ, ਚਾਰ ਚਾਰ ਕਰ ਲੈਣੇ ਬਸ। ਭਰ ਗਿਆ ਪੰਪ, ਸ਼ਾਬਾਸ਼। ਆ ਲੈ ਫੜ ਤੂੰ ਫੋਨ ਮੇਰਾ, ਜੇ ਕਿਸੇ ਦਾ ਫੋਨ ਆਇਆ ਕਹਿ ਸਰ ਬਿਜੀ ਆ, ਕਹਿ ਸਰ ਬਿਜੀ, ਇਹਦਾ ਕਹਿੰਦੀ ਬਸ। ਹੁਣ ਆਏ ਨਾ, ਹੁਣ ਆਪਾਂ ਬੰਦੇ ਹੋ ਗਏ ਨਾ, ਹੁਣ ਸਰ ਸਰ ਕਰੇਗਾ, ਸਰ ਬਿਜੀ ਆ। ਐਂ ਨਾ ਤੁਸੀਂ ਸਪਰੇਅ ਕਰਨ ਲੱਗਾ, ਐਂ ਨਾ ਸੀਗਾ ਸਪਰੇਅ ਕਰਦਾ, ਸਰ ਬਿਜੀ ਆ ਬਸ। ਤੂੰ ਮਾਰਦੀ ਭਾਨਾ ਸਰ, ਜੋਗਿੰਗ ਕਰ ਰਹੇ ਜਾਂ ਜਿੰਮ ਵਿੱਚ ਪ੍ਰੈਕਟਿਸ ਕਰ ਰਹੇ? ਜਿੰਮ 'ਚ ਕਹਿੰਦੀ, ਕਹਿ ਜਿੰਮ 'ਚ ਲੱਗੇ ਹੋਏ ਸਰ, ਕਹਿ ਜਿੰਮ ਕਰ ਰਹੇ, ਹੋ ਜਾਣੀ ਹੈ ਵੀ, ਆ ਵੀ ਜਿੰਮੇ ਆ। ਨਿੰਮੇ ਨੂੰ ਚਾਹ ਦੇ ਨਾਲ ਪੰਜੀਰੀ ਖਿਲਾਈਏ, ਜਾ ਕੇ ਘਰ ਚਾਹ ਪਿਲਾਉਂਗੇ ਤੇ ਨਾਲ ਇਹਨੂੰ ਪੰਜੀਰੀ ਖਿਲਾਵਾਂਗੇ, ਠੀਕ ਹੈ ਨਿੰਮੇ? ਠੰਡੀ ਹਵਾ ਚੱਲਦੀ ਆ, ਜੈਕਟ ਪਾ ਲਈਏ, ਜੁੱਤ ਲਈਏ ਲਾ ਲਓ ਜੀ ਹੁਣ ਅਸੀਂ ਘਰ ਨੂੰ ਚੱਲਿਆ ਤੇ ਨਿੰਮਾ ਵੀ ਹੁਣ ਘਰਾਂ ਜਾ ਕੇ ਚਾਹ ਪਾਣੀ ਪੀਂਦੇ ਜਾ ਕੇ, ਠੀਕ ਹੈ ਨਿੰਮੇ? ਤੇ 3 ਦਿਨ ਅਸੀਂ ਚਮਕੌਰ ਸਾਹਿਬ ਸੇਵਾ ਕੀਤੀ,
ਥੱਕੇ ਹੋਏ ਸੀ ਬਹੁਤ, ਸਾਜਰੇ ਚਲੇ ਜਾਂ ਸ਼ਾਮ ਨੂੰ ਆਉਂਦੇ ਸੀ। ਮੈਂ ਤਾਂ ਵੀ 15 ਘੰਟੇ ਪੂਰਾ ਰੈਸਟ ਕੀਤੀ ਆ ਕੱਲ੍ਹ, ਠੀਕ ਆ, ਪੂਰਾ ਸੁੱਤਾ ਰਿਹਾ ਮੈਂ ਬਾਈ। ਬੜਾ ਥੋੜ੍ਹਾ ਪ੍ਰੇਮ ਮਿਲਿਆ, ਬਹੁਤ ਅੱਗੇ ਉੱਥੇ ਬੰਦੇ ਮਿਲੇ ਸਾਨੂੰ ਜਿਹੜੇ ਕਹਿੰਦੇ ਤੁਹਾਡੇ ਵੀਡੀਓ ਦੇਖਦੇ ਆ, ਕਈ ਫੈਮਲੀਆਂ ਮਿਲੀਆਂ, ਪਰਿਵਾਰ ਮਿਲੇ, ਬੜਾ ਚੰਗਾ ਲੱਗਿਆ। ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਂਦਾ, ਮੈਂ ਹਾਲੇ ਜਦੋਂ ਮੈਂ ਕੈਮਰੇ 'ਤੇ ਵੀਡੀਓ ਬਣਾਉਂਦਾ ਹਾਲੇ ਉਨਾ ਮੈਂ ਹਾਲੇ ਨਰਵਸ ਨਹੀਂ ਹੁੰਦਾ ਹੈਗਾ, ਐਨ ਸਹੀ ਤਰੀਕੇ, ਕਿਉਂਕਿ ਮੈਨੂੰ ਹੁਣ ਕੈਮਰੇਦਾਰ ਗੱਲ ਕਰਨ ਦਾ ਪਤਾ ਲੱਗ ਗਿਆ। ਪਰ ਮੈਂ ਜਦੋਂ ਤੁਹਾਡੇ ਨਾਲ ਮਿਲਿਆ ਨਾ ਉੱਥੇ, ਮੈਂ ਥੋੜ੍ਹਾ ਜਿਹਾ ਨਰਵਸ ਜਿਹਾ ਹੋ ਜਾਂਦਾ ਸੀ ਵੀ ਕਿ ਤੁਸੀਂ ਤਾਂ ਹਾਲੇ ਰੋਜ਼ ਤੁਸੀਂ ਮੈਨੂੰ ਕੈਮਰੇ ਪਰ ਦੇਖਦੇ ਹੀ ਆ, ਠੀਕ ਹੈ ਨਾ, ਹੁਣ ਤੁਹਾਨੂੰ ਮਿਲਣਾ ਮੈਂ, ਤੁਸੀਂ ਪਹਿਲੀ ਵਾਰ ਮਿਲਣਾ ਮੈਨੂੰ, ਤੁਸੀਂ ਤਾਂ ਹੁਣ ਮੈਨੂੰ ਪੂਰੇ ਜਾਣਦੇ ਨੇ, ਮੈਨੂੰ ਪੂਰੇ ਚੰਗੀ ਤਰ੍ਹਾਂ ਜਾਣਦੇ, ਮੈਨੂੰ ਵੀ ਜਾਣਦੇ ਆ। ਜਦੋਂ ਹਾਲੇ ਤੁਹਾਡੇ ਨਵੇਂ ਚਿਹਰੇ ਮਿਲਦੇ ਆ ਮੈਨੂੰ ਥੋੜ੍ਹਾ ਜਿਹਾ ਨਰਵਸ ਜਿਹਾ ਹੋ ਜਾਂਦਾ ਫੀਲ ਆ, ਵੀ ਕੈਮਰੇ ਅੱਗੇ ਮੈਂ ਕਦੇ ਨਰਵਸ ਨਹੀਂ ਹੋਇਆ ਗਿਆ, ਕਦੇ ਵੀ ਨਹੀਂ ਹੋਇਆ ਗਿਆ, ਪਰ ਜਦੋਂ ਹਾਲੇ ਤੁਹਾਨੂੰ ਮਿਲਿਆ ਨਰਵਸ ਹੋ ਜਾਂਦਾ ਸੀ। ਅਤੇ ਫਿਰ ਵੀ ਆਪਾਂ ਜੱਫੀਆਂ ਪਾ ਕੇ ਮਿਲੇ ਸਾਰੇ ਜਿੰਨੇ ਵੀ ਮੈਨੂੰ ਚਾਹਣੇ ਵਾਲੇ ਮਿਲੇ ਆ, ਅਤੇ ਬੜਾ ਪ੍ਰੇਮ ਮਿਲਿਆ। ਅਤੇ ਹੁਣ ਪਤਾ ਕੀ ਹੋ ਜਾਂਦਾ, ਇੱਕ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਹੈ ਨਾ ਮੈਂ ਬਾਈ, ਹਾਂ ਵੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਵੀ ਹੋਰ ਵਧੀਆ ਵੀਡੀਓ ਬਣਾ ਕੇ ਪਾਈਏ, ਹੋਰ ਵਧੀਆ ਵੀਡੀਓ ਬਣਾ ਕੇ ਪਾਈਏ, ਵੀ ਜਿੱਦਾਂ ਥੋੜ੍ਹਾ ਪ੍ਰੇਮ ਮਿਲਦਾ ਵੀ ਹੋਰ ਵਧੀਆ ਵੀਡੀਓ ਬਣਾ ਕੇ ਪਾਈਏ, ਵੀ ਹੋਰ ਵਧੀਆ ਵੀਡੀਓ ਬਣਾਈਏ। ਚਲੋ ਕੋਸ਼ਿਸ਼ ਕਰਾਂਗੇ ਆਪਣੇ ਵੱਲ ਤੋਂ ਜਿੰਨਾ ਕੰਟੀਨਿਊ ਹੋਇਆ ਤਾਂ ਆਪਣੇ ਵੱਲ ਤੋਂ ਵਧੀਆ ਵਧੀਆ ਵੀਡੀਓ ਬਣਾ ਬਣਾ ਕੇ ਪਾਈ ਜਾਵਾਂਗੇ, ਠੀਕ ਹੈ ਨਾ ਮੈਂ। ਨਿੰਮਾ ਮੇਰਾ ਪੂਰਾ ਸਾਥ ਦੇ ਰਿਹਾ ਵੀਡੀਓ ਬਣਾਉਣ ਦੇ ਵਿੱਚ, ਤੁਹਾਡੇ ਬੜੇ ਕਮੈਂਟਾਂ 'ਚ ਵੀ ਕਾਲੇ ਨਾਲ ਵੀਡੀਓ ਬਣਾਓ, ਕਰਨ ਨਾਲ ਵੀਡੀਓ ਬਣਾਓ। ਹਾਂ ਬਿਜੀ ਆ ਅਤੇ ਕੰਮ ਕਾਰ ਚੱਲਦੇ ਰਹਿਣੇ ਆ, ਪਿੰਡ ਵਾਲੇ ਬੜੇ ਖੁਸ਼ ਹੁੰਦੇ ਸੀ ਉੱਥੇ ਵੀ ਬੰਦੇ ਆ ਕੇ ਮਿਲਦੇ ਵੀ ਹਾਂ ਭਾਈ ਬਾਕੀ ਕੋਈ ਚੀਜ਼ ਹੈ, ਪਿੰਡ ਵਾਲੇ ਬੜੇ ਮਾਣ ਮਹਿਸੂਸ ਹੋਇਆ ਉੱਥੇ। ਹੁਣ ਪਿੰਡ ਵਾਲੇ ਵੀ ਵਿੱਚ ਨੂੰ ਆਉਂਦੇ ਆ ਵੀ ਸਾਡੇ ਵੀ ਨਾਲ ਵੀ ਹੋਵੇ ਕੁਛ ਬਿਨਾ, ਹਾਂ ਵੀ ਸਾਡੇ ਨਾਲ ਵੀ ਵੀਡੀਓ ਬਣਾ, ਜਿੱਦਾਂ ਇਹਨਾਂ ਨੂੰ ਆ ਕੇ ਬੰਦੇ ਪਹਿਚਾਣਦੇ ਆ, ਵੀ ਕਈ ਬਾਹਰੋਂ ਬੰਦੇ ਬਹੁਤ ਆਏ ਸੀ, ਕੋਈ USA ਤੋਂ ਆਏ ਸੀ, ਇਟਲੀ ਤੋਂ ਬੜੀ ਫੈਮਿਲੀ, ਹਾਲੇ ਕੁਵੈਤ ਤੋਂ ਬੰਦੇ ਬਹੁਤ ਆਏ ਸੀ, ਅਤੇ ਉਹਨਾਂ ਨੂੰ ਮਿਲਿਆ ਬੜਾ ਚੰਗਾ ਲੱਗਿਆ, ਸਾਡਾ ਵੀ ਦਿਲ ਖੁਸ਼ ਹੋ ਗਿਆ ਬਾਈ, ਜਿਹੜਾ ਸਾਨੂੰ ਮਿਲਦਾ ਇੱਕ ਨਾ ਹੱਸ ਕੇ ਮਿਲਾਉਂਦੇ, ਹੱਸ ਕੇ ਮਿਲੇ ਅਸੀਂ, ਵੈਸੇ ਕਿਸੇ ਨੂੰ ਐਂ ਮੱਥਾ ਤੋੜੇ, ਆਪਾਂ ਸਭ ਨੂੰ ਟਾਈਮ ਦਿੱਤਾ, ਕਦੇ ਅਸੀਂ ਜਦ ਚਲੀ ਜਾਂਦੇ ਸੀ ਬਾਅਦ 'ਚ ਫੈਮਲੀਆਂ ਬਹੁਤ ਆਈਆਂ ਮਿਲਣ ਵਾਸਤੇ, ਕਹਿੰਦੇ ਵੀ ਤੁਹਾਨੂੰ ਬੰਦੇ ਤੇ ਲੱਭਦੇ ਫਿਰਦੇ ਸੀ, ਕਈਆਂ ਦੇ ਫੋਨ ਆਏ ਭਾਜੀ ਅਸੀਂ ਆਉਣਾ ਮਿਲਣਾ, ਉੱਥੇ ਬਾਈ ਮੁੜ ਕੇ ਚਲੇ ਗਏ, ਹਾਂ ਮੁੜ ਕੇ ਚੜ੍ਹਦੇ ਬਾਈ, ਇੱਕ ਕਹਿੰਦਾ ਬਾਈ ਬਹੁਤ ਫੋਨ ਕਰੇ ਉਹਨਾਂ, ਚਲੋ ਅਸੀਂ ਵੀ ਕਦੇ ਇੱਧਰ ਉੱਧਰ ਹੋ ਜਾਂਦੇ ਸੀ, ਕਦੇ ਉੱਪਰ ਗੁਰਦੁਆਰੇ ਜਾਣਾ ਪੈਂਦਾ ਸੀ, ਕਹਿੰਦਾ ਅੱਠ ਭੱਜ ਬਹੁਤ ਹੁੰਦੀ ਸੀ, ਇੱਕ 10 ਮਿੰਟ ਦੀ ਵੀਡੀਓ ਬਣਾਉਣ ਪਿੱਛੇ ਸਾਨੂੰ ਬੜਾ ਟਾਈਮ ਆ ਕੇ, ਫਿਰ ਘਰ ਆ ਕੇ ਸਾਰਾ ਕਰਕੇ ਦੂਜੇ ਦਿਨ ਫਿਰ ਜਾਣਾ, ਫਿਰ ਜਾ ਕੇ ਵੀਡੀਓ ਬਣਾਉਣੀ, ਚੱਲ ਚੱਲਦਾ ਰਿਹਾ, ਚਲੋ ਕੋਸ਼ਿਸ਼ ਕੀਤੀ ਆਪਣੇ ਵੱਲੋਂ, ਪੂਰਾ ਐਫਰਟ ਲਾਇਆ ਵੀਡੀਓ ਤੁਹਾਡੇ ਤੱਕ ਪਹੁੰਚਾਉਂਦਾ ਰਿਹਾ ਮੈਂ, ਤੇ ਚੱਲੇ ਫਿਰ ਹੁਣ ਟਾਈਮ ਹੁੰਦਾ ਜਾਂਦਾ ਹੁਣ, ਤੇ ਹੁਣ ਠੰਡ ਵੀ ਲੱਗਦੀ ਹੈ, ਠੰਡ ਲੱਗਣ ਲੱਗ ਗਈ, ਹਵਾ ਚੱਲ ਪਈ, ਹਵਾ ਚੱਲ ਪਈ, ਦੇਖੋ ਇੰਡੀਆ 'ਚ ਬੜਾ ਮੌਸਮ ਚੇਂਜ ਹੋ ਗਿਆ ਇਸ ਟਾਈਮ, ਹੁਣ ਸ਼ਾਮ ਨੂੰ ਬੜੀ ਸੀਤ ਲਹਿਰ ਚੱਲਦੀ ਹੈ, ਠੰਡੀ ਹਵਾ ਚੱਲਦੀ ਹੈ, ਮੈਂ ਤੁਹਾਨੂੰ ਇਹ ਕਹੂੰਗਾ ਵੀ ਜਿੰਨੇ ਵੀ ਆਪਣੇ ਮੇਰੇ ਸੱਜਣ ਵੇਲੀ ਆ ਵੀਡੀਓ ਦੇਖਦੇ ਆ, ਸੋਹਣੇ ਕੱਪੜੇ ਕੁਪੜੇ ਪਾ ਕੇ ਰੱਖੋ, ਠੀਕ ਹੈ, ਵੀ ਠੰਡ ਤੋਂ ਬਚੋ, ਜਿੰਨਾ ਵੀ ਵੱਧ ਤੋਂ ਵੱਧ ਠੰਡ ਤੋਂ ਬਚ ਹੁੰਦਾ ਬਚੋ, ਠੰਡ ਤੋਂ ਬਹੁਤ ਜ਼ਿਆਦਾ ਠੰਡ ਹੋਈ ਹੋਈ ਅੱਜ ਕੱਲ੍ਹ, ਹਾਂ ਸਿਆਣੇ ਦਾ ਖਾਸ ਖਿਆਲ ਰੱਖੋ, ਆਪਣੇ ਜਿਹੜੇ ਵੱਡੇ ਆ ਉਹਨਾਂ ਦਾ ਜ਼ਿਆਦਾ ਖਿਆਲ ਰੱਖੋ, ਬੱਚਿਆਂ ਦਾ ਨਾਲ ਰੱਖੋ, ਠੀਕ ਆ, ਆਪਣਾ ਕੱਲ੍ਹ ਦੀ ਵੀਡੀਓ ਪੰਜੀਰੀ ਦੀ ਵੀਡੀਓ ਪਾਈ ਆ, ਪੰਜੀਰੀ ਬਣਾ ਕੇ ਖਿਲਾਓ, ਗਰਮ ਚੀਜ਼ਾਂ ਇਹੋ ਜਿਹੀਆਂ ਇਹਨਾਂ ਦਿਨਾਂ ਦੇ ਵਿੱਚ ਖਾਣੇ ਚਾਹੀਦੇ ਆ, ਠੀਕ ਆ, ਵੱਧ ਤੋਂ ਵੱਧ ਖਿਆਲ ਰੱਖੋ, ਆਪਣੇ ਕੱਪੜੇ ਕੁਪੜੇ ਪਾ ਕੇ ਬਾਹਰ ਨਿਕਲੋ, ਠੰਡ ਨਾ ਲਵਾ ਲਿਓ, ਠੀਕ ਆ, ਬੁਖਾਰ ਚੜ੍ਹਾ ਕੇ ਬਹਿ ਜਾਵੇ ਕਿਤੇ। ਹੁਣੇ ਹੁਣੇ ਇੱਕ ਮੇਰੇ ਘਰਾਂ ਬੰਦੇ ਆਏ ਸੀ, ਇਟਲੀ ਤੋਂ ਮਿਲਣ ਆਏ ਸੀ, ਉਹਨਾਂ ਨੂੰ ਮਿਲ ਕੇ ਹਾਲੇ ਇੱਥੇ ਖੇਤਾਂ 'ਚ ਸਿੱਧੇ ਆਏ ਹਾਂ, ਫਿਰ ਅਸੀਂ ਇਹ ਵੀ ਇੱਕ ਡਿਊਟੀ ਹੁੰਦੀ ਆ ਵੀ ਬੰਦੇ ਨੇ ਟਾਈਮ ਨਾਲ ਸਾਰੇ ਕੰਮ ਕਰਨੇ ਹੁੰਦੇ ਆ, ਠੀਕ ਆ, ਹੁਣ ਮੱਝਾਂ ਚੋਣੀਆਂ, ਮੱਝਾਂ ਚੋ ਕੇ ਫਿਰ ਜਾ ਕੇ ਡੈਰੀ 'ਚ ਦੁੱਧ ਪਾਉਣਾ, ਕੰਮ ਚੱਲਦੇ ਰਹਿਣੇ ਹੁਣ, ਦੇਖੋ ਮੈਂ ਤਾਂ ਸਪਰੇਅ ਕੀਤੀ, ਹੁਣ ਮੈਨੂੰ ਵੀ ਥੋੜ੍ਹੀ ਜ਼ਿੰਮੇਵਾਰੀ, ਇੱਧਰ ਜਾਣਾ ਉੱਧਰ ਜਾਣਾ, ਕਾਲੇ ਕੋਲ ਜਾਣਾ ਉੱਧਰ ਜਾਣਾ, ਚੱਲਦੇ ਰਹਿਣੇ ਕੰਮ ਕਾਰ, ਇਸ ਦੇ ਦੌਰਾਨ ਤੁਹਾਨੂੰ ਇੱਕ ਵਧੀਆ ਜੀ ਵੀਡੀਓ ਬਣਾ ਕੇ ਦੇਣੀ ਪੈਂਦੀ ਹੈ ਫਿਰ, ਗੱਲਾਂ ਬਾਤਾਂ ਬਾਰੇ ਬੜਾ ਚੰਗਾ ਲੱਗਦਾ ਤੁਹਾਡਾ, ਬੜਾ ਜਦੋਂ ਪ੍ਰੇਮ ਮਿਲਦਾ ਬੜਾ ਚੰਗਾ ਲੱਗਦਾ ਬਸ। ਹਾਂ ਇੱਕ ਗੱਲ ਹੋਰ ਆਈ ਸੀ ਵਿੱਚ, ਕਈਆਂ ਦੇ ਬਹੁਤ ਮੈਨੂੰ ਟੈਲੀਫੋਨ ਵੀ ਆਏ ਮੇਰੇ ਵੀਰਾਂ ਦੇ ਵੀ ਜਿਹੜਾ ਹਾਂ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਵੀਰੇ, ਮੈਂ ਨਹੀਂ ਲਾਇਆ ਹੋਇਆ ਸੀ ਇਹ, ਉਹਨਾਂ ਉੱਥੇ ਕਮੇਟੀਆਂ ਨੇ ਲਾਇਆ ਹੋਇਆ ਸੀ ਜਾਂ ਉੱਥੇ ਜਿਹੜੇ ਮਹਾਂਪੁਰਸ਼ ਉਹਨਾਂ ਦੇ ਪਕੌੜਿਆਂ ਦਾ ਲੰਗਰ ਲਾਇਆ ਸੀ, ਉਹਨਾਂ ਤੋਂ ਜਾ ਕੇ ਕੁਐਸਚਨ ਕਰੋ, ਅਸੀਂ ਕੋਈ ਨਹੀਂ ਹੈਗੇ ਵੀ ਆਹ ਕਿੰਤੂ ਪ੍ਰੰਤੂ ਕਰਨ ਵਾਲੇ ਵੀ ਕਿਉਂ ਲਾਇਆ ਸੀ ਆਹ ਕਿਉਂ ਉਹ ਕਿਉਂ, ਕਈਆਂ ਦੇ ਮੈਨੂੰ ਟੈਲੀਫੋਨ ਵੀ ਆਏ, ਮੈਂ ਉੱਤਰ ਵੀ ਦਿੱਤਾ ਵੀਰੇ ਕਾ ਇਹ ਐਂ ਕਰਕੇ ਇੱਕ ਲੰਗਰ ਲਾਇਆ ਹੋਇਆ, ਠੀਕ ਹੈ, ਫਿਰ ਦੱਸਿਆ ਫਿਰ ਬੰਦੇ ਸਮਝੇ ਵੀ ਆ, ਇੱਕ ਮੈਂ ਕਦੇ ਇੱਕ ਵੀਡੀਓ ਬਣਾ ਕੇ ਪੂਰੀ ਪਾਊਂਗਾ ਵੀ ਇਹਦਾ ਜਵਾਬ ਮੈਂ ਆਪ ਖੁਦ ਜਿਹੜੀ ਕੋਈ ਚੀਜ਼ ਸਾਡੀ ਜ਼ਿੰਮੇਵਾਰੀ ਬਣਦੀ, ਜਿਹੜਾ ਤੁਸੀਂ ਕੋਈ ਕੁਐਸਚਨ ਪੁੱਛਦੇ ਆ ਸਾਡੀ ਜ਼ਿੰਮੇਵਾਰੀ ਬਣਦੀ, ਅਸੀਂ ਤੁਹਾਡਾ ਉੱਤਰ ਦਈਏ, ਠੀਕ ਨਵੇਂ ਬਾਈ, ਜੇ ਹੁਣ ਤੁਸੀਂ ਮੈਨੂੰ ਆਹ ਕੁਐਸਚਨ ਕੀਤਾ ਸੀ ਵੀ ਚਾਹ ਪਕੌੜੇ ਦਾ ਲੰਗਰ ਕਿਉਂ ਲਾਉਂਦੇ ਆ, ਇਹ ਤਾਂ ਮੈਂ ਆਉਣ ਵਾਲੇ ਵੀਡੀਓ 'ਚ ਨਾ ਕਦੇ ਮੈਂ ਗੱਲ ਕਲੀਅਰ ਕਰੂੰਗਾ, ਪਰ ਫਿਰ ਮੈਂ ਡਰਦਾ ਥੋੜ੍ਹਾ ਜਿਹਾ ਵੀ ਕਿ ਧਾਰਮਿਕ ਮੁੱਦਾ ਨਾ ਵੀਡੀਓ ਬਣਾਵਾਂ, ਠੀਕ ਹੈ, ਵੀ 100 ਤਰ੍ਹਾਂ ਦੇ ਹਰੇਕ ਦਾ ਆਪਣਾ ਆਪਣਾ ਮਾਇੰਡ ਹੈ, ਮੈਂ ਕਿਸੇ ਦਾ ਪੜ੍ਹ ਨਹੀਂ ਸਕਦਾ ਹੈਗਾ, ਠੀਕ ਹੈ, ਵੀ ਹਰੇਕ ਨੇ ਆਪਣੀ ਆਪਣੀ ਸੋਚਣੀ, ਮੈਂ ਇਸ ਚੀਜ਼ ਬਾਰੇ ਜ਼ਿਆਦਾ ਨਹੀਂ ਹਾਲੇ ਕਰਨ ਵੀ ਨਾ ਪਾਵਾਂ ਮੈਂ, ਪਰ ਦਿਲ ਕਰਦਾ ਵੀ ਇੱਕ ਆਪਣੇ ਵੱਲ 'ਤੇ ਇੱਕ ਮੈਸੇਜ